ਹਾਂਜੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਤੇ। ਹੋਪ ਕਰਦਾ ਸਾਰੇ ਵਧੀਆ ਹੋਣਗੇ। ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਪੋਲੈਂਡ ਦੇ ਵਿੱਚ ਟ੍ਰੇਨ ਦਾ ਸਫ਼ਰ, ਠੀਕ ਆ। ਮੈਂ ਇੱਥੋਂ ਜਾ ਰਿਹਾ ਥੋੜ੍ਹਾ 40 ਕਿਲੋਮੀਟਰ ਦੂਰ, ਉੱਥੇ ਦਾ ਤੁਹਾਨੂੰ ਦੱਸਦੇ ਹਾਂ ਕਿੱਦਾਂ। ਮੈਂ ਥੋੜ੍ਹਾ ਦੌੜ ਕੇ ਆਇਆ ਕਿਉਂਕਿ ਟਾਈਮ ਘੱਟ ਆ, ਥੋੜ੍ਹਾ ਸਾਹ ਚੜਿਆ ਤਾਂ ਕਰਕੇ। ਦੇਖੋ ਕਿੱਦਾਂ ਕਲੀਨ ਸਿਟੀ ਆ, ਇਹ ਸਾਡਾ ਟਾਊਨ ਹੈ ਜਿੱਥੇ ਮੈਂ ਰਹਿੰਦਾ। ਇੱਦਾਂ ਹੀ ਹਿਸਾਬ ਤਾਂ ਰਿਹਾ, ਮੱਠੀ ਮੱਠੀ ਸਨ ਲਾਈਟ ਆ, ਜ਼ਿਆਦਾ ਗਰਮੀ ਨਹੀਂ ਹੈ ਅੱਜ, ਵਧੀਆ ਮੌਸਮ ਆ। ਅਤੇ ਮੈਂ ਔਨਲਾਈਨ ਟਿਕਟ ਬੁੱਕ ਕਰਨੀ ਆ, ਕਾਊਂਟਰ ਤੋਂ ਵੀ ਲੈ ਸਕਦੇ ਹਾਂ, ਔਨਲਾਈਨ ਕਰਨੀ ਕਿਉਂਕਿ ਟਾਈਮ ਪੂਰਾ ਪੂਰਾ ਹੀ ਆ, ਤਾਂ ਕਰਕੇ। ਚਲੋ ਤੁਹਾਨੂੰ ਦਿਖਾਉਂਦਾ ਉੱਥੇ ਦਾ ਹਿਸਾਬ ਤਾਂ। ਬਾਕੀ ਸਟੇਸ਼ਨ 'ਤੇ ਆ ਗਿਆ, ਟ੍ਰੇਨ ਖੜ੍ਹੀ ਆ, ਇੱਥੋਂ ਤਾਂ ਦੇਖਣੀ ਸੀ। ਸਟੇਸ਼ਨ ਜਿਹੜਾ ਇੱਥੇ ਪੁਰਾਣੀ ਆ ਬਿਲਡਿੰਗ, ਕੰਮ ਚੱਲ ਰਿਹਾ ਹੁਣ ਰੈਨੋਵੇਸ਼ਨ ਦਾ। ਟ੍ਰੇਨ ਆਪਣੀ ਖੜ੍ਹੀ ਆ, ਆਹ ਦੇਖ ਲਓ ਬਾਹਰੋਂ ਸਟੇਸ਼ਨ ਇੱਦਾਂ ਦਾ ਸਾਫ਼ ਸੁਥਰਾ ਹੁੰਦਾ ਇੱਥੇ, ਆਪਣੇ ਤਾਂ ਇੱਥੇ ਬਹੁਤ ਗੰਦ ਪਾਇਆ ਹੁੰਦਾ। ਟ੍ਰੇਨ ਪਈ ਚੱਲ ਆਪਣੀ, ਇੱਥੇ ਸਟੇਸ਼ਨ ਦਾ ਵੇਰਵਾ ਹੈ ਜਿੱਦਾਂ ਵੀ ਅੱਗੇ ਕਿਹੜੇ ਕਿਹੜੇ ਟਾਈਮ 'ਤੇ ਉਸ ਹਿਸਾਬ ਨਾਲ ਸਭ ਕੁਛ ਲਿਖਿਆ। ਮੈਂ ਇੱਥੇ ਜਾਣਾ ਆ ਜਿਹੜਾ ਸਟੇਸ਼ਨ, ਹਾਂਜੀ ਮਹਾਰਾਜ ਆਪਾਂ ਉਤਰ ਗਏ ਟ੍ਰੇਨ ਤੋਂ। ਆ ਹੈਗਾ ਸਟੇਸ਼ਨ ਜਿੱਥੇ ਮੈਂ ਆਉਣਾ ਸੀ। ਦੇਖੋ ਕਿੱਦਾਂ ਸਾਫ਼ ਸੁਥਰਾ, ਹਰ ਇੱਕ ਜਗ੍ਹਾ ਡਸਟਬਿਨ ਜਿੱਦਾਂ ਲੱਗੇ ਆ ਟ੍ਰੇਨ 'ਚ, ਜਿੱਦਾਂ ਤੁਸੀਂ ਸਟੇਸ਼ਨ ਹੀ ਹੈ ਪਰ ਹੈ ਇਹ ਬਰੋਸਵਾ ਸਿਟੀ ਦੇ ਵਿੱਚ ਹੈ। ਅਤੇ ਇਹ ਵੀ ਦੇਖੋ ਕਿਵੇਂ ਗੱਲਬਾਤ ਹੋ ਰਹੀ ਹੈ। ਪੋਲੈਂਡ ਦੇ ਵਿੱਚ ਇਹ ਸਭ ਤੋਂ ਵਧੀਆ ਚੀਜ਼ ਹੈ ਕਿ ਸਾਫ਼ ਸਫਾਈ ਜਿਹੜੀ ਪੂਰੀ ਆ ਹਰ ਇੱਕ ਜਗ੍ਹਾ ਦੀ, ਇੱਧਰ ਇੱਧਰ ਨਹੀਂ ਜਿਹੜਾ ਬਾਹਰ ਜਗ੍ਹਾ। ਟ੍ਰੇਨਾਂ ਦੇ ਨਾਲ ਨੂੰ ਦੇਖੇ ਕਿੱਦਾਂ ਦੀਆਂ ਇੰਟਰੈਕਸ਼ਨਸ, ਆ ਜਿਹੜਾ ਪੋਲਿਸ਼ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਹੋਇਆ ਸਭ ਕੁਛ ਡਾਇਰੈਕਸ਼ਨ ਕਿੱਧਰ ਨੂੰ ਹੋਣਾ। ਆ ਜਿਹੜਾ ਨਾ ਇਹ ਹੈਗਾ ਟਿਕਟਸ ਜੇ ਤੁਸੀਂ ਲੈਣੀ ਹੈ, ਇੱਥੋਂ ਇਹ ਟੱਚ ਹੈ ਸਭ ਕੁਛ ਹੀ, ਤੁਸੀਂ ਟੱਚ ਕਰੋ ਕਿੱਥੇ ਜਾਣਾ ਕਿੱਥੋਂ ਉਹ ਸਭ ਕੁਛ ਹੀ ਆ ਜੂਗਾ। ਆਹ ਜਿਹੜਾ ਬਾਹਰਲਾ ਏਰੀਆ ਆ, ਆਹ ਦੇਖੋ ਆ ਇੱਧਰ ਵੀ ਪਾਰਕ ਦਾ ਰੀਨੋਵੇਸ਼ਨ ਚੱਲ ਰਿਹਾ, ਉੱਥੇ ਕੁਛ ਬਣਾ ਰਹੇ ਆ ਤਾਂ ਕਰਕੇ ਆ ਸਿਸਟਮ ਹੈ।
ਸਾਈਕਲ ਸਟੈਂਡ ਜਿਹੜਾ ਹਰ ਜਗ੍ਹਾ ਹੀ ਹੁੰਦਾ ਆ, ਅਤੇ ਆਹ ਸਾਈਕਲ ਸਟੈਂਡ ਆ, ਠੀਕ ਹੈ, ਚੱਕਰ ਆ। ਮੈਂ ਜਿਹੜਾ ਉੱਧਰ ਦੂਜੀ ਦਿਸ਼ਾ 'ਤੇ ਜਾਣਾ ਸੀ, ਇੱਧਰੋਂ ਦਿਸ਼ਾ ਫੜ ਲਈ ਮੈਂ। ਤੁਹਾਨੂੰ ਟ੍ਰੇਨ ਤੁਸੀਂ ਦੇਖੀ ਆ, ਆਹ ਵੇਖੋ ਜੈਬਰਾ ਕਰੋਸਿੰਗ 'ਤੇ ਜਿਹੜੇ ਬੰਦੇ ਆ ਗਏ ਆ ਜੀ, ਉਹਨਾਂ ਗੱਡੀ ਜਿਹੜੀ ਆ ਰੋਕਣੀ ਆ। ਇੱਦਾਂ ਨਹੀਂ ਆ ਕਿ ਗੱਡੀ ਨਹੀਂ ਰੋਕਣਗੇ, ਗੱਡੀ ਰੋਕਣੀ ਪੈਣੀ ਆ, ਇਹ ਹਿਸਾਬ ਤਾਂ ਹੈ। ਇੱਧਰ ਆਹ ਲੱਗਦਾ ਗਲੀ ਬਣਾਉਣ ਡਿਆ, ਵੀ ਟੈਲਾਂ ਟੂਲਾਂ ਲਾ ਕੇ ਜਿਹੜਾ ਵਧੀਆ, ਅਤੇ ਤਾਂ ਕਰਕੇ ਆ ਬੰਦ ਕੀਤਾ, ਨਹੀਂ ਤਾਂ ਪਾਰਕ ਆ। ਹਾਂਜੀ, ਮੈਂ ਟ੍ਰੇਨ ਸਟੇਸ਼ਨ 'ਤੇ ਆ ਗਿਆ, ਜਿੱਥੇ ਤੁਸੀਂ ਜਾਣਾ ਸਾਰਿਆਂ ਨੇ ਜਿਹੜਾ ਸਟੇਸ਼ਨ ਦੇ ਨਾਮ ਜਿਹੜੇ, ਮੈਂ ਇੱਥੇ ਜਾਣਾ ਹੈ। 3 ਨੰਬਰ ਭਰ ਕੇ ਜਿਹੜੀ 10 ਨੰਬਰ ਪਹਿਲਾਂ ਹੋਣੀ ਹੈ, ਇਹ ਵੀ ਜਾਣੀ ਹੈ ਉੱਥੇ, ਇਹ ਵੀ ਮੈਂ ਲੈ ਸਕਦਾ ਹਾਂ। ਅਤੇ ਇੱਥੇ ਸਾਰਾ ਕੁਛ ਲਿਖਿਆ, ਇਹਦੇ ਹਿਸਾਬ ਨਾਲ ਸਕਰੀਨ 'ਤੇ ਵੀ ਲਿਖਿਆ ਹੁੰਦਾ ਹੈ, ਤੁਸੀਂ ਚੈੱਕ ਕਰ ਸਕਦੇ। 20 ਨੰਬਰ ਲੈਣੀ, ਮੈਂ 2 ਨੰਬਰ 'ਚ ਆਉਣੀ। ਲਓ ਵੀ ਭਗਤੋ, ਅਸੀਂ ਉਤਰ ਗਏ ਟ੍ਰੇਨ 'ਚੋਂ, ਅਤੇ ਆਹ ਵੀ ਚੈੱਕ ਕਰੋ, ਠੀਕ ਆ। ਅਤੇ ਗੱਲਬਾਤ ਇੱਦਾਂ ਹੈ ਕਿ ਇਹ ਹੀ ਅੱਜ ਦਾ ਵਲੋਗ ਆ, ਅਤੇ ਸਾਰਿਆਂ ਨੂੰ ਜਿਹੜਾ ਆ ਧੰਨਵਾਦ ਵੇਖਣ ਦੇ ਲਈ, ਅਤੇ ਜੇ ਤੁਹਾਨੂੰ ਵਧੀਆ ਲੱਗਾ ਸਪੋਰਟ ਕਰੋ, ਅਤੇ ਚੰਗਾ ਜੀ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਤੇ, ਅਤੇ ਮਿਲਦੇ ਹਾਂ ਹੁਣ ਜਿਹੜਾ ਤੁਹਾਨੂੰ ਵਲੋਗ ਆਉਣਗੇ ਹੌਲੀ ਹੌਲੀ, ਇੱਦਾਂ ਕਰਕੇ ਮਿਲਦੇ ਰਹਾਂਗੇ। ਚੰਗਾ ਜੀ, ਸਤਿ ਸ਼੍ਰੀ ਅਕਾਲ।